ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੀ ਵੱਡੀ ਖਬਰ। ਗੱਲਬਾਤ ਕਰਾਂਗੇ ਕਾਂਗਰਸ ਦੇ ਆਪਸੀ ਕਲੇਸ਼ ਨੂੰ ਲੈ ਕੇ। ਕਾਂਗਰਸ ਦਾ ਆਪਸੀ ਕਲੇਸ਼ ਜਿਹੜਾ ਉਹ ਹਾਲੇ ਵੀ ਥੰਮਦਾ ਦਿਖਾਈ ਨਹੀਂ ਦੇ ਰਿਹਾ। ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਪੈਦਾ ਹੋਈ ਦਰਾਰ ਨੂੰ ਭਰਨ ਦੇ ਲਈ ਬੇਸ਼ੱਕ ਹਾਈਕਮਾਨ ਅਤੇ ਹਰੀਸ਼ ਰਾਵਤ ਦੇ ਵੱਲੋਂ ਵੱਖ ਵੱਖ ਸਮੇਂ ਦੇ ਉੱਪਰ ਅਲੱਗ ਅਲੱਗ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੋਣ, ਪਰ ਉਹ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ। ਕੱਲ ਇੱਕ ਵਾਰ ਫਿਰ ਤੋਂ ਅਜਿਹੀ ਤਸਵੀਰ ਦੇਖਣ ਨੂੰ ਮਿਲੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਲਈ ਕੁੱਝ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਹੈ, ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਧੜੇ ਅਤੇ ਕਾਰਜਕਾਰੀ ਜਿਹੜੇ ਚਾਰ ਕਾਰਜਕਾਰੀ ਪ੍ਰਧਾਨ ਲਾਏ ਨੇ ਤੇ ਜਨਰਲ ਸੈਕਟਰੀ ਪ੍ਰਗਟ ਸਿੰਘ, ਉਹਨਾਂ ਦੇ ਨਾਲ ਅਲੱਗ ਅਲੱਗ ਤੌਰ ਤੇ ਜਿਹੜੀ ਮੀਟਿੰਗ ਕੀਤੀ ਹੈ। ਕੀ ਕੁੱਝ ਦੋਵਾਂ ਮੀਟਿੰਗਾਂ ਦੇ ਵਿੱਚੋਂ ਨਿਕਲਿਆ, ਕੀ ਕੁੱਝ ਰਣਨੀਤੀਆਂ ਬਣਾਈਆਂ ਗਈਆਂ ਨੇ ਇਹਨਾਂ ਦੋਵਾਂ ਮੀਟਿੰਗਾਂ ਦੇ ਵਿੱਚ ਵੱਖ ਵੱਖ ਆਗੂਆਂ ਦੇ ਵੱਲੋਂ, ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ, ਵਿਚਾਰਾਂਗੇ ਇੱਕ ਇੱਕ ਚੀਜ਼। ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਭੀਮਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਸਭ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਿੰਦਰ ਜੀ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਿ ਮੀਟਿੰਗਾਂ ਤੇ ਇੱਕ ਇੱਕ ਕਰਕੇ ਵਿਚਾਰ ਬਾਅਦ ਚ ਕਰਦੇ ਹਾਂ, ਕਿ ਬਾਕੀ ਇਹ ਦੇਖ ਕੇ ਲੱਗ ਰਿਹਾ ਹੈ ਕਿ ਹਾਲੇ ਕਾਂਗਰਸ ਦਾ ਜਿਹੜਾ ਕਲੇਸ਼ ਆ ਉਹ ਥੰਮਦਾ ਦਿਖਾਈ ਨਹੀਂ ਦੇ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਇਹ ਕਲੇਸ਼ ਵਧਣ ਵਾਲੇ ਪਾਸੇ ਨੂੰ ਜਾ ਰਿਹਾ? ਬਿਲਕੁਲ ਬਿਲਕੁਲ, ਆਪਾਂ ਕਹਿ ਸਕਦੇ ਹਾਂ ਕਿ ਹਜੇ ਇਹ ਸ਼ੁਰੂਆਤ ਹੈ, ਕਿਉਂਕਿ ਜਿਉਂ ਜਿਉਂ ਇਲੈਕਸ਼ਨਾਂ ਨੇੜੇ ਆਉਣਗੀਆਂ ਤਿਉਂ ਤੋਂ ਹੀ ਜਿਹੜਾ ਪੰਜਾਬ ਹੈ ਇਲੈਕਸ਼ਨ ਮੋਡ ਦੇ ਵਿੱਚ ਆਏਗਾ ਔਰ ਵੱਖ ਵੱਖ ਤੁਸੀਂ ਦੇਖੋਗੇ ਕਿ ਗਰੁੱਪ ਜਿਹੜੇ ਨੇ ਉਹ ਇਮਰਜ ਹੋਣਗੇ। ਹਜੇ ਤਾਂ ਬਹੁਤ ਸਾਰੇ ਗਰੁੱਪ ਬਣਨੇ ਆ, ਢਹਿਣੇ ਆ ਔਰ ਵਿੱਚੋਂ ਨਵੀਆਂ ਪਾਰਟੀਆਂ ਵੀ ਨਿਕਲ ਸਕਦੀਆਂ ਨੇ ਛੋਟੀਆਂ ਮੋਟੀਆਂ। ਇਸੇ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ, ਮੈਂ ਇਕੱਲੇ ਕਾਂਗਰਸ ਦੀ ਗੱਲ ਨਹੀਂ ਕਰ ਰਿਹਾ, ਬਾਕੀ ਪਾਰਟੀਆਂ ਦੇ ਵਿੱਚੋਂ ਵੀ ਤੁਸੀਂ ਦੇਖੋਗੇ, ਚਾਹੇ ਅਕਾਲੀ ਦਲ ਹੈ, ਬੀਜੇਪੀ ਹੈ, ਆਮ ਆਦਮੀ ਪਾਰਟੀ ਹੈ, ਬਹੁਤ ਸਾਰੀਆਂ ਜਿਹੜੀਆਂ ਤੋੜ ਭੰਨ ਇਹਨਾਂ ਪਾਰਟੀਆਂ ਦੇ ਵਿੱਚ ਹੋਏਗੀ। ਇੱਕ ਪਾਰਟੀ ਚੋਂ ਨਿਕਲ ਕੇ ਦੂਜੀ ਪਾਰਟੀ ਦੇ ਵਿੱਚ ਜਿਹੜੇ ਲੋਕ ਜਾਣਗੇ, ਸ਼ਾਮਿਲ ਹੋਣਗੇ, ਕੋਈ ਛੱਡੇਗਾ, ਕੋਈ ਆਏਗਾ। ਸੋ ਇਸ ਤਰ੍ਹਾਂ ਦਾ ਸਿਲਸਿਲਾ ਅਜੇ ਸ਼ੁਰੂ ਹੋਏਗਾ। ਹਜੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਅਜੇ ਬਹੁਤ ਸ਼ੁਰੂਆਤ ਹੈ ਔਰ ਬਹੁਤ ਸਾਰਾ ਚੀਜ਼ਾਂ ਤੁਸੀਂ ਹੁਣ ਪਹਿਲਾਂ ਦੇਖ ਵੀ ਲਈਆਂ ਨੇ, ਚਾਹੇ ਉਹ ਅਕਾਲੀ ਦਲ 'ਚ ਦੇਖੋਗੇ, ਬਹੁਤ ਸਾਰੇ ਲੋਕ ਆ ਰਹੇ ਨੇ, ਉਹਨਾਂ ਨੂੰ ਛੱਡ ਰਹੇ ਨੇ, ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਦੇਖ ਲਓ। ਸੋ ਕਹਿਣ ਦਾ ਮਤਲਬ ਹੈ ਕਿ ਜਿਉਂ ਜਿਉਂ 22 ਦੀਆਂ ਚੋਣਾਂ ਨੇੜੇ ਆਉਣਗੀਆਂ ਤਿਉਂ ਤਿਉਂ ਇਹ ਸਿਲਸਿਲਾ ਜਿਹੜਾ ਹੈਗਾ ਹੋਰ ਵੱਧਦਾ ਜਾਏਗਾ ਔਰ ਤੁਸੀਂ ਦੇਖੋਗੇ ਖਾਸ ਤੌਰ 'ਤੇ ਜਦੋਂ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ, ਪੰਜਾਬ ਦੀ ਕਾਂਗਰਸ ਦੀ ਗੱਲ ਕਰਦੇ ਹਾਂ, ਤਾਂ ਕਾਫੀ ਦਿੱਕਤਾਂ ਆਉਣ ਦੀਆਂ ਸੰਭਾਵਨਾਵਾਂ ਇਸ ਲਈ ਨਜ਼ਰ ਆ ਰਹੀਆਂ ਨੇ ਕਿਉਂਕਿ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਇਸ ਵੇਲੇ ਕਾਂਗਰਸ ਦੀ, ਉਹਦੇ ਵਿੱਚ ਬਹੁਤ ਸਮੱਸਿਆਵਾਂ ਨੇ। ਉਹਦਾ ਵੱਡਾ ਕਾਰਨ ਇਹੀ ਆ ਕਿ ਇੱਕ ਤਾਂ ਉੱਥੇ ਚੋਣ ਨਹੀਂ ਹੋ ਰਹੀ, ਪ੍ਰਧਾਨਗੀ ਦੀ ਜਿਹੜੀ ਚੋਣ ਹੋਣੀ ਸੀਗੀ ਪਿਛਲੇ ਲੰਮੇ ਸਮੇਂ ਤੋਂ ਡਿਊ ਹੈ ਕਿ ਜਿਹੜਾ ਨੈਸ਼ਨਲ ਲੈਵਲ ਦਾ ਪ੍ਰਧਾਨ ਚੁਣਿਆ ਜਾਂਦਾ ਹੈ ਉਹ ਫਿਲਹਾਲ ਸੋਨੀਆ ਜੀ ਹੀ ਆ ਰਹੇ ਨੇ ਔਰ ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਹੈ ਕਿ ਤੁਸੀਂ ਚੋਣਾਂ ਕਰਾਓ, ਚੋਣਾਂ ਕਰਾਓ, ਪਰ ਚੋਣਾਂ ਹੋ ਨਹੀਂ ਰਹੀਆਂ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਫਿਕਰ ਇਹ ਹੈ ਕਿ G23 ਵਾਲੇ ਜਿਹੜੇ ਲੋਕ ਨੇ, ਜਿਹੜੇ ਪੁਰਾਣੇ ਟਕਸਾਲੀ ਲੀਡਰ ਨੇ, ਉਹ ਕਿਤੇ ਆ ਕੇ ਕੰਮ ਖਰਾਬ ਨਾ ਕਰ ਦੇਣ। ਉਹਨਾਂ ਦਾ ਮਤਲਬ ਹੈ ਕਿ ਜੇਕਰ ਰਾਹੁਲ ਜੀ ਅੱਗੇ ਨਹੀਂ ਆਉਂਦੇ, ਰਾਹੁਲ ਜੀ ਅਗਲੇ ਪ੍ਰਧਾਨ ਨਹੀਂ ਬਣਦੇ ਕਾਂਗਰਸ ਦੇ, ਤਾਂ ਲਾਜ਼ਮੀ ਤੌਰ ਤੇ ਸੰਕਟ ਜਿਹੜਾ ਹੈਗਾ ਵੱਡਾ ਕਾਂਗਰਸ ਦੇ ਵਿੱਚ ਖੜਾ ਹੋ ਸਕਦਾ ਹੈ ਔਰ ਇਸ ਕਰਕੇ ਤੁਸੀਂ ਦੇਖੋਗੇ ਕਿ ਸੋਨੀਆ ਜੀ ਇਹ ਵੱਡਾ ਰਿਸਕ ਜਿਹੜਾ ਨਹੀਂ ਲੈ ਰਹੇ ਔਰ ਨਤੀਜੇ ਵਜੋਂ ਬਹੁਤ ਸਾਰੇ ਜਿਹੜੇ ਵੱਡੇ ਫੈਸਲੇ ਹੋਣੇ ਚਾਹੀਦੇ ਨੇ ਸੈਂਟਰ ਕਾਂਗਰਸ ਵੱਲੋਂ ਜਾਂ ਹਾਈਕਮਾਂਡ ਵੱਲੋਂ ਉਹ ਨਹੀਂ ਲੈ ਜਾ ਰਹੇ ਔਰ ਨਤੀਜਾ ਕੀ ਨਿਕਲ ਰਿਹਾ ਕਿ ਵੱਖ ਵੱਖ ਸਟੇਟਾਂ ਦੇ ਵਿੱਚ ਜਿਹੜੀ ਹੈਗੇ ਕਾਟੋ ਕਲੇਸ਼ ਵੱਧ ਰਹੇ ਹੈ, ਚਾਹੇ ਉਹ ਪੰਜਾਬ ਦੀ ਗੱਲ ਕਰੋ, ਚਾਹੇ ਉਹ ਹਰਿਆਣੇ ਦੀ ਗੱਲ ਕਰੋ, ਚਾਹੇ ਰਾਜਸਥਾਨ ਦੀ ਗੱਲ ਕਰੋ, ਜਾਂ ਪੂਰੇ ਜਿੱਥੇ ਜਿੱਥੇ ਸਟੇਟਾਂ ਦੇ ਵਿੱਚ ਸੱਤਾ ਦੇ ਵਿੱਚ ਹੈ ਕਾਂਗਰਸ ਜਾਂ ਵਿਰੋਧੀ ਧਿਰ ਦੇ ਵਿੱਚ ਹੈ, ਤਾਂ ਕਾਫੀ ਸਮੱਸਿਆਵਾਂ ਤੁਸੀਂ ਦੇਖੋਗੇ ਕਿ ਨਜ਼ਰ ਆ ਰਹੀਆਂ ਨੇ। ਇਸੇ ਤਰ੍ਹਾਂ ਜਦੋਂ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਵੱਡੇ ਫੈਸਲੇ ਲੈਣੇ ਚਾਹੀਦੇ ਸੀਗੇ ਉਹਨਾਂ ਨੂੰ, ਜਾਂ ਜਿਸ ਕਿਸਮ ਦੇ ਲੋਕਾਂ ਨੂੰ ਜਿਹੜਾ ਹੈਗਾ ਅੱਗੇ ਲਿਆਉਣਾ ਚਾਹੀਦਾ ਸੀਗਾ ਉਹ ਨਹੀਂ ਲਿਆ ਰਹੇ, ਉਹਦਾ ਨਤੀਜਾ ਕੀ ਨਿਕਲ ਰਿਹਾ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਆਪਾਂ ਹੁਣ ਮੀਟਿੰਗਾਂ ਦੀ ਗੱਲ ਕਰੀਏ, ਕਿਵੇਂ ਦੇਖਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕੱਲ ਇੱਕ ਮੀਟਿੰਗ ਵਿਧਾਨ ਸਭਾ ਦੇ ਆਪਣੇ ਵਿੱਚ ਜਿਹੜੇ ਚੈਂਬਰ ਹੈ ਉਹਨਾਂ ਦਾ ਟੀਮ ਚੈਂਬਰ ਹੁੰਦਾ ਹੈ, ਉੱਥੇ ਜਿਹੜੀ ਉਹ ਮੀਟਿੰਗ ਕੀਤੀ ਗਈ ਹੈ, ਕਿਵੇਂ ਦੇਖਦੇ ਹੋ ਕਿ ਉਹਦੇ ਵਿੱਚ ਉਹ ਲੋਕ ਦੇਖਣ ਨੂੰ ਨਹੀਂ ਮਿਲੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਚੱਲ ਰਹੇ ਆ, ਤਾਂ ਕਿ ਇਹ ਮੰਨਿਆ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਲੋਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੈ ਜਿਹੜੇ ਵਿੱਚ ਵਿਚਾਲੇ ਵਾਲੇ ਨੇ, ਤੇ ਆਪਣੇ ਜਿਹੜੇ ਨੇੜਲੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਕੇ ਰਣਨੀਤੀ ਇਸੇ ਕਿਸਮ ਦੀ ਬਣਾ ਰਹੇ ਆ ਕਿ ਪਾਰਟੀ ਦੇ ਅੰਦਰ ਆਪਣੀ ਸਥਿਤੀ ਮਜ਼ਬੂਤ ਜਿਹੜੀ ਕਿਸ ਤਰੀਕੇ ਨਾਲ ਕੀਤੀ ਜਾਵੇ, ਤੇ
ਜਿਹੜੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਧੜੇ ਨੂੰ ਢਾ ਕਿਸ ਤਰੀਕੇ ਦੇ ਨਾਲ ਲਾਈ ਜਾ ਸਕਦੀ ਹੈ, ਇਸੇ ਤਰੀਕੇ ਦੀ ਜਿਹੜੀ ਰਣਨੀਤੀ ਹੋ ਸਕਦੀ ਹੈ ਜਾਂ ਗੱਲ ਕੁਝ ਹੋਰ? ਸੁਖਵਿੰਦਰ ਜੀ, ਦੇਖੋ ਜਿੱਥੋਂ ਤੱਕ ਕੱਲ ਮੀਟਿੰਗਾਂ ਦਾ ਸੰਬੰਧ ਹੈ, ਔਰ ਉਹਦੇ ਵਿੱਚ ਦੋਵੇਂ ਧਿਰਾਂ ਨੇ ਮੀਟਿੰਗਾਂ ਕੀਤੀਆਂ ਨੇ, ਚਾਹੇ ਇੱਕ ਪਾਸੇ ਤੁਸੀਂ ਦੇਖ ਲਓ ਕਿ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਪੂਰਾ ਹਾਵੀ ਰਿਹਾ ਔਰ ਲਗਾਤਾਰ ਉਹਨਾਂ ਨੇ ਜਿਹੜਾ ਹੈਗਾ ਗੱਲਾਂ ਬਾਤਾਂ ਕੀਤੀਆਂ ਨੇ ਔਰ ਪੋਲੀਟੀਕਲ ਮਸਲਿਆਂ ਦੇ ਬਾਰੇ ਗੱਲ ਕੀਤੀ ਹੈ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪ੍ਰਗਟ ਸਿੰਘ ਹੋਰਾਂ ਦੇ ਘਰ ਦੇ ਵਿੱਚ ਬਕਾਇਦਾ ਤੌਰ ਤੇ ਜਿਉਂ ਹੀ ਉਹ ਸੈਸ਼ਨ ਖਤਮ ਹੋਇਆ ਉਹਨਾਂ ਨੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਔਰ ਲਗਾਤਾਰ ਜਿਹੜਾ ਖਾਸ ਤੌਰ ਤੇ ਜੇ ਆਪਾਂ ਕਹੀਏ ਕਿ ਜਥੇਬੰਦਕ ਢਾਂਚੇ ਦੇ ਬਾਰੇ ਵੱਖ ਵੱਖ ਜਿਹੜੇ ਡਿਸਟ੍ਰਿਕਟਾਂ ਦੇ ਵਿੱਚ ਬੂਥ ਲੈਵਲ ਦਾ ਜਿਹੜਾ ਢਾਂਚਾ ਖੜਾ ਕਰਨਾ ਹੈ, ਜਿਹੜੀ ਇੱਕ ਜ਼ਿੰਮੇਵਾਰੀ ਹਾਈ ਕਮਾਂਡ ਵੱਲੋਂ ਦਿੱਤੀ ਗਈ ਹੈ ਨਵਜੋਤ ਸਿੰਘ ਸਿੱਧੂ ਨੂੰ, ਉਸ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਮੀਟਿੰਗਾਂ ਕਰ ਰਹੇ ਨੇ ਔਰ ਉਮੀਦ ਉਹਨਾਂ ਨੇ ਇਹੀ ਜਤਾਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਹੀ ਉਹ ਸਾਰਾ ਢਾਂਚਾ ਮਜ਼ਬੂਤ ਕਰ ਲੈਣਗੇ ਔਰ ਉਹਦੀ ਰਿਪੋਰਟ ਹਾਈ ਕਮਾਂਡ ਨੂੰ ਦੇਣਗੇ। ਬਹੁਤ ਜਲਦੀ ਜਿਹੜੀ ਹੈਗੀ ਹਾਈ ਕਮਾਂਡ ਦੇ ਨਾਲ ਮੀਟਿੰਗ ਹੋਣ ਦੀ ਸੰਭਾਵਨਾਵਾਂ ਨਜ਼ਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ। ਪਰ ਦੂਜੇ ਪਾਸੇ ਜਦੋਂ ਅਸੀਂ ਦੂਸਰਾ ਧੜਾ ਵੇਖਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਨੇ। ਉਹਦਾ ਵੱਡਾ ਕਾਰਨ ਹੈ ਕਿ ਇੱਕ ਗੱਲ ਬਿਲਕੁਲ ਸਾਫ਼ ਹੋ ਰਹੀ ਹੈ ਕਿ ਹਾਈ ਕਮਾਂਡ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੈ ਕਿ ਜੇਕਰ ਅਸੀਂ ਕੈਪਟਨ ਸਾਹਿਬ ਦੀ ਰਹਿਨਮਾਈ ਦੇ ਵਿੱਚ 22 ਦੀਆਂ ਚੋਣਾਂ ਲੜਦੇ ਹਾਂ ਤਾਂ ਲਾਜ਼ਮੀ ਤੌਰ ਤੇ ਵੱਡੀਆਂ ਦਿੱਕਤਾਂ ਸਾਨੂੰ ਆ ਸਕਦੀਆਂ ਨੇ। ਸੋ ਇਸ ਕਰਕੇ ਨਵਾਂ ਕੋਈ ਬਦਲ ਤਲਾਸ਼ਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ ਔਰ ਇਹਦਾ ਕਾਰਨ ਇਹੀ ਹੈ ਕਿ ਆਪਾਂ ਜਦੋਂ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣਾ ਔਰ ਉਹਨਾਂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਜਿਹੜੇ ਨੇ ਲਾਉਣੇ ਔਰ ਜਿਹੜਾ ਜਥੇਬੰਦਕ ਢਾਂਚਾ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪਣਾ, ਔਰ ਜੇਕਰ ਪ੍ਰਧਾਨ ਦੀ ਜ਼ਿੰਮੇਵਾਰੀ ਉਹ ਵਧੀਆ ਤਰੀਕੇ ਨਾਲ ਨਿਭਾਉਂਦੇ ਨੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਪਲੜਾ ਜਿਹੜਾ ਹੈਗਾ ਭਾਰੀ ਹੁੰਦਾ ਹੈ। ਕਿਉਂਕਿ ਆਪਾਂ ਵੇਖਦੇ ਹਾਂ ਪਿਛਲੇ 4.5 ਸਾਲਾਂ ਤੋਂ ਜਿਹੜੀ ਕੈਪਟਨ ਸਾਹਿਬ ਦੀ ਦਿੱਕਤ ਕਿੱਥੇ ਆਈ ਹੈ, ਕੈਪਟਨ ਸਾਹਿਬ ਦੀ ਦਿੱਕਤ ਇੱਥੇ ਆਈ ਹੈ ਕਿ ਉਹਨਾਂ ਦਾ ਜਿਹੜਾ ਥੱਲੜਾ ਜਦੋਂ ਅਸੀਂ ਕਹਿੰਦੇ ਹਾਂ ਬੂਥ ਲੈਵਲ ਦਾ ਜਿਹੜਾ ਜਥੇਬੰਦਕ ਢਾਂਚਾ ਹੁੰਦਾ ਕਿਸੇ ਪਾਰਟੀ ਦਾ, ਜਦੋਂ ਤੁਹਾਡਾ ਉਹ ਬਿਖਰ ਜਾਏ, ਜਦੋਂ ਤੁਹਾਡੇ ਕੰਟਰੋਲ 'ਚ ਉਹ ਚੀਜ਼ ਨਾ ਰਹੇ ਤਾਂ ਲਾਜ਼ਮੀ ਤੌਰ ਤੇ ਜਿਹੜੇ ਤੁਸੀਂ ਉੱਪਰੋਂ ਜਦੋਂ ਪਾਰਟੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਕੰਟਰੋਲ ਨਹੀਂ ਹੋਏਗਾ, ਤੁਹਾਡਾ ਸਾਰਾ ਢਾਂਚਾ ਬਿਖਰ ਜਾਏਗਾ। ਇਹੀ ਕਾਰਨ ਹੋਇਆ ਕਿ ਕੈਪਟਨ ਸਾਹਿਬ ਨੂੰ ਲੱਗਦਾ ਸੀਗਾ ਕਿ ਸਾਰੀ ਪੰਜਾਬ ਦੀ ਕਾਂਗਰਸ ਮੇਰੇ ਕੰਟਰੋਲ 'ਚ ਹੈ, ਪਰ ਥੱਲੜੇ ਲੈਵਲ ਦਾ ਜਿਹੜਾ ਵਲੰਟੀਅਰ ਸੀਗਾ ਜਾਂ ਥੱਲੜੇ ਲੈਵਲ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਜਿਹੜਾ ਹੈਗਾ ਦੂਜੇ ਪਾਸੇ ਆਪਣੀਆਂ ਜਿਹੜੀਆਂ ਸੀਗੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕੀਤੀਆਂ, ਵਿਰੋਧੀ ਖੇਮੇ ਦੇ ਵਿੱਚ ਆਏ ਔਰ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਸਾਰਾ ਜਿਹੜਾ ਖੇਮਾ ਸੀਗਾ ਉਹ ਨਵਜੋਤ ਸਿੰਘ ਸਿੱਧੂ ਵੱਲ ਪਲਟ ਗਿਆ ਔਰ ਇਹੀ ਕਾਰਨ ਹੈ ਕਿ ਅੱਜ ਅਸੀਂ ਜਦੋਂ ਦੇਖਦੇ ਹਾਂ ਦੋਨਾਂ ਨੂੰ ਪੈਰਲਲ ਕਰਕੇ ਕਿ ਜਿਹੜਾ ਵਲੰਟੀਅਰ ਹੈ, ਆਮ ਵਲੰਟੀਅਰ ਹੈ ਕਾਂਗਰਸ ਦਾ, ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਾ ਹੈ, ਪਰ ਉੱਪਰਲੀ ਕੁਛ ਜਿਹੜੀ ਲੀਡਰਸ਼ਿਪ ਹੈ ਜਿਵੇਂ ਤੁਸੀਂ ਕੱਲ ਮੀਟਿੰਗ ਦੇ ਵਿੱਚ ਵੇਖਿਆ ਹੋਏਗਾ ਉਹ ਹੀ ਜਿਹੜੀ ਹੈਗੀ ਹੈ ਉਹ ਜਿਹੜੇ ਨੇ ਉਹ ਕੈਪਟਨ ਸਾਹਿਬ ਦੇ ਨਾਲ ਨਜ਼ਰ ਆਏ ਨੇ। ਪਰ ਜਿਹੜਾ ਥੱਲੜੇ ਲੈਵਲ ਦਾ ਜਦੋਂ ਅਸੀਂ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਦੇ ਹਾਂ ਜਾਂ 22 ਦੀਆਂ ਚੋਣਾਂ ਵਿੱਚ ਕਿਵੇਂ ਜਾਇਆ ਜਾਏ ਉਸ ਦੀ ਪਾਲਿਸੀ ਦੀ ਗੱਲ ਕਰਦੇ ਹਾਂ ਤਾਂ ਲਾਜ਼ਮੀ ਤੌਰ ਤੇ ਅਸੀਂ ਵੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਧੜਾ ਹੈ ਜਾਂ ਹੁਣ ਜਿਹੜੀ ਅਗਲੀਆਂ ਸਰਗਰਮੀਆਂ ਨੇ ਉਹਦੇ ਵਿੱਚ ਬਹੁਤ ਤੇਜ਼ੀ ਦੇ ਆਉਣ ਦੇ ਕਾਰਨ ਤੁਸੀਂ ਦੇਖੋਗੇ ਕਿ ਵਲੰਟੀਅਰ ਵੀ ਸਰਗਰਮ ਹੋਏ ਹੈ, ਵਿਧਾਇਕ ਵੀ ਸਰਗਰਮ ਹੋਏ ਨੇ ਔਰ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੀਆਂ ਤਿਆਰੀਆਂ ਵੀ ਅੰਦਰ ਖਾਤੇ ਸ਼ੁਰੂ ਹੋ ਚੁੱਕੀਆਂ ਨੇ। ਸੋ ਉਹਦੇ ਨਾਲ ਕੀ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਬਾਜ਼ੀ ਪਲਟ ਜਾਏ ਔਰ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਹਾਈ ਕਮਾਂਡ ਨੂੰ ਇਸ ਗੱਲ ਦੀ ਬਿਲਕੁਲ ਕਲੀਅਰ ਹੋ ਚੁੱਕੀ ਹੈ, ਇਸ ਗੱਲ ਬਾਰੇ ਸਾਫ਼ ਹੋ ਚੁੱਕਿਆ ਹੈ ਕਿ ਜੇਕਰ ਅਸੀਂ 22 ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜੇ ਕੈਪਟਨ ਸਾਹਿਬ ਨੇ ਉਹਨਾਂ ਦਾ ਚਿਹਰਾ ਲੈ ਕੇ ਜਾਂਦੇ ਹਾਂ ਤਾਂ ਵੱਡੇ ਨੁਕਸਾਨ ਸਾਨੂੰ ਉਠਾਉਣੇ ਪੈ ਸਕਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਦੋਨੋਂ ਪੱਖਾਂ ਤੋਂ ਇੱਕ ਪਾਸੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਬਾਰੇ ਆਪਾਂ ਗੱਲਬਾਤ ਕੀਤੀ, ਕੈਪਟਨ ਅਮਰਿੰਦਰ ਸਿੰਘ ਆਪਣੀ ਸਥਿਤੀ ਨੂੰ ਠੀਕ ਕਰਨ ਦੇ ਵਿੱਚ ਲੱਗੇ ਹੋਏ ਨੇ ਵਿਧਾਇਕਾਂ ਤੇ ਮੰਤਰੀਆਂ ਤੇ ਜਿਹੜੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਕੇ, ਤੇ ਦੂਜੇ ਪਾਸੇ ਜਦੋਂ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੁੰਦੀ ਹੈ ਉੱਥੇ ਵੀ ਕੁਝ ਮੰਤਰੀ ਵਿਧਾਇਕ ਸ਼ਾਮਲ ਹੁੰਦੇ ਨੇ ਤੇ ਜਿਹੜੇ ਕਾਰਜਕਾਰੀ ਪ੍ਰਧਾਨ ਅਤੇ ਜਨਰਲ ਸੈਕਟਰੀ ਪ੍ਰਗਟ ਸਿੰਘ ਮੌਜੂਦ ਹੁੰਦੇ ਉੱਥੇ ਜਦੋਂ ਮੀਟਿੰਗ ਕਰਦੇ ਨੇ ਤਾਂ ਉਹ ਪਾਰਟੀ ਦੇ ਸਟਨਾ ਜਿਹੜੇ ਸੰਗਠਨ ਨੂੰ ਲੈ ਕੇ ਜਿਹੜੀ ਗੱਲਬਾਤ ਕਰਦੇ ਆ, ਸੰਗਠਨਾਤਮਕ ਜਿਹੜਾ ਢਾਂਚਾ ਜਿਹੜਾ ਉਸ ਨੂੰ ਉਸਾਰਨ ਦੀ ਗੱਲ ਕਰਦੇ ਆ ਤੇ ਨਾਲ ਹੀ ਨਾਲ ਲੋਕ ਮੁੱਦਿਆਂ ਦੀ ਗੱਲ ਕਰਦੇ ਆ। ਕਿਵੇਂ ਦੇਖਦੇ ਹੋ ਇੱਕ ਬੰਦਾ ਲੋਕ ਮੁੱਦਿਆਂ ਦੀ ਗੱਲ ਕਰਦਾ ਤੇ ਪਾਰਟੀ ਨੂੰ ਮਜ਼ਬੂਤ ਉੱਪਰ ਚੱਕਣ ਦੀ ਗੱਲ ਕਰਦਾ,
ਤੇ ਦੂਜੇ ਪਾਸੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ, ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਵਿੱਚ ਕਿੰਗ ਦੇ ਤੌਰ ਤੇ ਵਿਚਰਦਾ ਰਿਹਾ, ਉਹ ਬੰਦਾ ਜਿਹੜਾ ਸਿਰਫ ਆਪਣੀ ਹੀ ਸਥਿਤੀ ਨੂੰ ਠੀਕ ਕਰਨ ਦੇ ਵਿੱਚ ਲੱਗਿਆ ਹੋਇਆ, ਕਿਵੇਂ ਦੇਖਦੇ ਹੋ ਦੋਵਾਂ ਪੁਜੀਸ਼ਨਾਂ? ਦੇਖੋ ਇਸ ਵੇਲੇ ਮੈਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਦੂਰੀ ਜ਼ਿੰਮੇਵਾਰੀ ਹੈ। ਪਹਿਲੀ ਜ਼ਿੰਮੇਵਾਰੀ ਇਹ ਹੈ ਕਿ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਹੈ ਕਿ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਾ, ਔਰ ਉਹ ਬਹੁਤ ਤਨਦਹੀ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਉਹ ਲੱਗੇ ਹੋਏ ਨੇ ਬਹੁਤ ਮਜ਼ਬੂਤੀ ਦੇ ਨਾਲ, ਔਰ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਮਿਹਨਤ ਦੇ ਨਾਲ ਉਹ ਇਸ ਕੰਮ ਨੂੰ ਸਿਰੇ ਚਾੜ ਰਹੇ ਨੇ। ਦੂਸਰੇ ਪਾਸੇ ਜਿਹੜਾ ਦੂਸਰਾ ਪੱਖ ਹੈ ਉਹ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੁੱਦਿਆਂ ਨੂੰ ਚੁੱਕਣਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਸੁਪਨੇ ਟੁੱਟੇ ਨੇ, ਪੰਜਾਬ ਦੇ ਲੋਕਾਂ ਦੇ ਜਿਹੜੇ ਆਪਾਂ ਨੂੰ ਪਤਾ ਹੈ ਕਿ ਵੱਡੇ ਵੱਡੇ ਸੁਪਨੇ ਜਿਹੜੇ ਕਿਸੇ ਵੇਲੇ ਕੈਪਟਨ ਸਾਹਿਬ ਨੇ ਦਿਖਾਏ ਸੀ ਪੰਜਾਬ ਦੇ ਲੋਕਾਂ ਨੂੰ, ਚਾਹੇ ਨੌਜਵਾਨਾਂ ਨੂੰ ਵਿਖਾਏ ਸੀ, ਚਾਹੇ ਕਿਸਾਨਾਂ ਨੂੰ ਵਿਖਾਏ ਸੀਗੇ, ਚਾਹੇ ਕਰਮਚਾਰੀਆਂ ਨੂੰ ਵਿਖਾਏ ਸੀ, ਚਾਹੇ ਹੋਰ ਵੱਖ ਵੱਖ ਵਰਗਾਂ ਨੂੰ ਦਿਖਾਏ ਗਏ ਸੀਗੇ, ਉਹ ਸੁਪਨੇ ਅੱਜ ਉਹਨਾਂ ਦੇ ਟੁੱਟਦੇ ਨਜ਼ਰ ਆਏ ਨੇ। ਇੱਕ ਤਾਂ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਡਿਊਟੀ ਇਹਨਾਂ ਸੁਪਨਿਆਂ ਨੂੰ ਦੁਬਾਰਾ ਉਹਨਾਂ ਨੂੰ ਜੋੜਨਾ ਹੈ, ਉਹਨਾਂ ਸੁਪਨਿਆਂ ਦੇ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਾ ਹੈ। ਉਹ ਤਾਂ ਹੀ ਕਰ ਸਕਦੇ ਨੇ ਜੇਕਰ ਉਹ ਵੱਡੇ ਵੱਡੇ ਮੁੱਦੇ ਜਿਹੜੇ ਨੇ ਕਿਸੇ ਵੇਲੇ ਉਠਾਉਂਦੇ ਰਹੇ ਨੇ, ਚਾਹੇ ਉਹ ਆਪਣੇ ਟਵੀਟਾਂ ਦੇ ਰਾਹੀਂ, ਚਾਹੇ ਆਪਣੀਆਂ ਮੁਲਾਕਾਤਾਂ ਦੇ ਰਾਹੀਂ, ਚਾਹੇ ਆਪਣੇ ਭਾਸ਼ਣਾਂ ਦੇ ਰਾਹੀਂ, ਉਸ ਨੂੰ ਉਹ ਜ਼ਿੰਦਾ ਰੱਖ ਰਹੇ ਨੇ, ਉਸ ਨੂੰ ਉਹ ਰਿਵਾਈਵ ਕਰ ਰਹੇ ਨੇ, ਸਗੋਂ ਉਹਨਾਂ ਨੂੰ ਹੋਰ ਜਿਹੜਾ ਹੈਗਾ ਪੁਖਤਾ ਕਰ ਰਹੇ ਨੇ। ਪਰ ਕੀ ਹੋ ਰਿਹਾ ਹੈ ਕਿ ਦੂਜੇ ਪਾਸੇ ਇਹਨਾਂ ਦੇ ਜਿਹੜੇ ਜਵਾਬ ਮਿਲਣੇ ਚਾਹੀਦੇ ਨੇ ਉਹ ਉਹਨਾਂ ਨੂੰ ਜਵਾਬ ਨਹੀਂ ਮਿਲ ਰਹੇ। ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਹ ਜਿਹੜਾ ਕੱਲ੍ਹ ਦਾ ਇੱਕ ਦਿਨ ਦਾ ਸੈਸ਼ਨ ਬੁਲਾਇਆ ਗਿਆ ਸੀਗਾ ਕਿ ਸ਼ਾਇਦ ਇਹ ਵਧਾਇਆ ਜਾਏਗਾ, ਇਸ ਨੂੰ ਜਿਹੜਾ ਹੈਗਾ ਹੋਰ ਲੰਬਾ ਕੀਤਾ ਜਾਏਗਾ ਤਾਂ ਕਿ ਉਹ ਜਿਹੜੇ ਮੁੱਦੇ ਨੇ, ਜਿਹੜੇ ਸੁਪਨੇ ਟੁੱਟੇ ਨੇ ਪੰਜਾਬ ਦੇ ਲੋਕਾਂ ਦੇ, ਉਹ ਸੁਪਨਿਆਂ ਦੇ ਬਾਰੇ ਗੱਲ ਹੋ ਸਕੇ, ਕੈਪਟਨ ਸਾਹਿਬ ਨੂੰ ਘੇਰਿਆ ਜਾ ਸਕੇ। ਇਹ ਕਿਸਮ ਦੀ ਕੱਲ ਤਵੱਕੋ ਕੀਤੀ ਜਾਂਦੀ ਸੀ, ਉਮੀਦ ਲਗਾਈ ਜਾਂਦੀ ਸੀਗੀ, ਪਰ ਉਹ ਉਮੀਦ ਉਹਨਾਂ ਦੀ ਕੱਲ ਟੁੱਟੀ ਹੈ। ਇਸ ਕਰਕੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੈਸ਼ਨ ਜਿਹੜਾ ਹੈਗਾ ਦੁਬਾਰਾ ਇੱਕ ਸੈਸ਼ਨ ਹੋਰ ਬੁਲਾਇਆ ਜਾਂਦਾ ਜਾਂ ਜਾਵੇਗਾ ਕਿ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਵੱਡੇ ਮੁੱਦੇ ਜਿਹਦੇ ਬਾਰੇ ਨਵਜੋਤ ਸਿੰਘ ਸਿੱਧੂ ਨੂੰ ਜਾਣਿਆ ਜਾਂਦਾ ਹੈ, ਤਾਂ ਉਹ ਸਿੱਧੂ ਜਿਹੜੇ ਨੇ ਉਹ ਮੁੱਦੇ ਉਠਾਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਹੈਗਾ ਚੋਣ ਕਰਨਗੇ, ਔਰ ਨਵਜੋਤ ਸਿੰਘ ਸਿੱਧੂ ਇੱਕ ਵੱਡੇ ਲੀਡਰ ਦੇ ਤੌਰ ਤੇ ਦੁਬਾਰਾ ਉੱਭਰਨੀਆਂ ਜਿਹੜੀਆਂ ਨੇ ਕੋਸ਼ਿਸ਼ਾਂ ਕਰ ਰਹੇ ਨੇ। ਮੈਨੂੰ ਉਮੀਦ ਇਹੀ ਲੱਗਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਸ ਕਰਕੇ ਜਾਣਿਆ ਜਾਂਦਾ ਹੈ, ਜਿਸ ਕਰਕੇ ਉਹਨਾਂ ਦੀ ਇੱਕ ਪਛਾਣ ਬਣੀ ਹੋਈ ਹੈ ਪੰਜਾਬ ਦੇ ਵਿੱਚ, ਜਿਸ ਕਰਕੇ ਉਹਨਾਂ ਨੂੰ ਇੱਕ ਵੱਡਾ ਲੀਡਰ ਹੋਣ ਦੀਆਂ ਸੰਭਾਵਨਾਵਾਂ ਉਹਨਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ, ਉਹ ਮੁੱਦੇ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਉਠਾਉਂਦੇ ਰਹਿਣਗੇ, ਔਰ ਕੈਪਟਨ ਸਾਹਿਬ ਨੂੰ ਘੇਰਦੇ ਰਹਿਣਗੇ। ਔਰ ਇਕੱਲੇ ਮੁੱਦੇ ਉਠਾਉਣਗੇ ਨਹੀਂ ਹੈ, ਹੁਣ ਕੀ ਹੈ ਕਿ ਹੁਣ ਉਹਨਾਂ ਨੂੰ ਹੱਲ ਵੀ ਕਰਾਉਣਗੇ, ਔਰ ਜਿਵੇਂ ਉਹ ਕਹਿ ਰਹੇ ਨੇ ਕਿ 3 ਰੁਪਏ ਬਿਜਲੀ ਦਾ ਮੁੱਦਾ ਜਿਹੜਾ ਹੈਗਾ ਉਹ ਕਰਾਉਣ ਦਾ, ਬਰਗਾੜੀ ਕਾਂਡ ਨੂੰ ਹੱਲ ਕਰਾਉਣ ਦਾ, ਇਸੇ ਤਰ੍ਹਾਂ ਕਿਸਾਨਾਂ ਦਾ ਮੁੱਦਾ ਹੱਲ ਕਰਾਉਣ ਦਾ ਜਿਹੜਾ ਉਹਨਾਂ ਨੇ ਬੀੜਾ ਚੁੱਕਿਆ ਹੋਇਆ, ਜ਼ਿੰਮੇਵਾਰੀ ਲਈ ਹੋਈ ਹੈ, ਉਹ ਜ਼ਰੂਰ ਜੇਕਰ ਅਗਲੇ 5 ਮਹੀਨਿਆਂ ਦੇ ਵਿੱਚ ਉਹ ਕਰਵਾ ਜਾਂਦੇ ਨੇ ਤਾਂ ਇੱਕ ਵੱਡੇ ਲੀਡਰ ਦੇ ਤੌਰ ਤੇ ਉਹਨਾਂ ਦਾ ਉਭਾਰ ਹੋ ਸਕਦਾ ਹੈ। ਸੋ ਇਸ ਕਰਕੇ ਉਮੀਦਾਂ ਇਸ ਵੇਲੇ ਨਵਜੋਤ ਸਿੰਘ ਸਿੱਧੂ ਤੋਂ ਬਹੁਤ ਵੱਡੀਆਂ ਨੇ ਪੰਜਾਬ ਦੇ ਲੋਕਾਂ ਨੂੰ। ਸੋ ਸਾਨੂੰ ਵੀ ਉਮੀਦ ਇਹੀ ਕਰਨੀ ਚਾਹੀਦੀ ਹੈ ਕਿ ਉਹ ਹੁਣ ਜਥੇਬੰਦਕ ਢਾਂਚੇ ਤੋਂ ਬਾਅਦ ਇਹ ਜਿਹੜੇ ਪੰਜਾਬ ਦੇ ਮੁੱਦੇ ਜਿਹੜੇ ਅਜੇ ਬਚਦੇ ਨੇ, ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਉਹਨਾਂ ਨੂੰ ਉਹਨਾਂ ਦੇ ਉੱਤੇ ਕੰਮ ਕਰਨਗੇ ਔਰ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਨਗੇ। ਸੁਖਿੰਦਰ ਜੀ ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਲਗਾਤਾਰ ਕਲੇਸ਼ ਵੱਧਦਾ ਜਾ ਰਿਹਾ ਤਾਂ ਨੁਕਸਾਨ ਵੀ ਸੁਭਾਵਿਕ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਇਹ ਸਾਰਾ ਕੁਝ ਚੱਲ ਰਿਹਾ ਹੈ, ਜੇਕਰ ਆਪਸੀ ਲੀਡਰਾਂ ਦੀ ਇਹਨਾਂ ਦੀ ਖਿੱਚੋਤਾਣ ਇੱਦਾਂ ਹੀ ਚੱਲਦੀ ਰਹੀ ਤਾਂ ਕਾਂਗਰਸ ਨੂੰ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਹੋ ਸਕਦਾ ਤੇ ਉੱਧਰ ਜਾਂਦੇ ਜਾਂਦੇ ਹਰੀਸ਼ ਰਾਵਤ ਵੀ ਇਹ ਗੱਲ ਕਹਿ ਗਏ ਕਿ ਪੰਜਾਬ ਦੇ ਵਿੱਚ ਆਲ ਇਜ਼ ਵੈਲ ਨਹੀਂ ਹੈ, ਤਾਂ ਫਿਰ ਕਿਵੇਂ ਦੇਖਦੇ ਹੋ ਕਿ ਇਸ ਖਿੱਚੋਤਾਣ ਨੂੰ ਖਤਮ ਕਰਨ ਦੇ ਲਈ ਹੁਣ ਕੀ ਰਾਹ ਰਹਿ ਗਿਆ, ਕੀ ਰਾਹ ਹੈ ਹੁਣ ਹਾਈਕਮਾਂਡ ਦੇ ਕੋਲ? ਦੇਖੋ ਹਾਈਕਮਾਂਡ ਦੇ ਕੋਲ ਇੱਕੋ ਇੱਕ ਰਾਹ ਬਚਦਾ ਹੈ ਕਿ ਉਹ ਬਿਲਕੁਲ ਨਿਖੇੜਾ ਉਹਨਾਂ ਨੂੰ ਕਰ ਲੈਣਾ ਚਾਹੀਦਾ। ਉਹ ਨਿਖੇੜਾ ਇਹ ਹੈ ਕਿ ਜਿਹੜੇ ਲੋਕ ਡਿਜ਼ਰਵ ਕਰਦੇ ਨੇ, ਜਿਹੜੇ ਲੋਕ ਮੈਰਿਟ ਦੇ ਅਨੁਸਾਰ ਅੱਗੇ ਆਉਣਾ ਬਣਦੇ ਨੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ। ਖਾਸ ਤੌਰ ਤੇ ਮੈਂ ਜੇ ਕਹਾਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜੇ ਆਪਾਂ ਦੇਖ ਰਹੇ ਹਾਂ ਕਿ ਕੰਮ ਹੈ ਪਿਛਲੇ ਦਿਨਾਂ ਦਾ, ਜਿਸ ਤਨਦੇਹੀ ਦੇ ਨਾਲ ਉਹ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਲੱਗੇ ਹੋਏ ਨੇ, ਤਾਂ ਉਹਨਾਂ ਨੂੰ ਜਿਹੜਾ ਹੈਗਾ ਜ਼ਰੂਰ ਅੱਗੇ ਲਿਆਉਣਾ ਚਾਹੀਦਾ ਔਰ ਉਹਨਾਂ ਨੂੰ ਇਸ਼ਾਰਾ ਪਿੱਛੋਂ ਕਰਨਾ ਚਾਹੀਦਾ ਕਿ ਅਸੀਂ ਤੁਹਾਡੇ ਨਾਲ ਹਾਂ ਔਰ ਤੁਸੀਂ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਅੱਗੇ ਲਗਾਇਆ ਜਾਏਗਾ, ਔਰ ਉਹਨਾਂ ਨੂੰ ਘੱਟੋ ਘੱਟ ਜਦੋਂ ਹੌਸਲਾ ਮਿਲੇਗਾ ਇਸ ਗੱਲ ਦਾ ਕਿ ਹਾਈਕਮਾਂਡ ਸਾਡੇ ਨਾਲ ਹੈ,
ਤਾਂ ਬਾਕੀ ਵੀ ਜਿਹੜੇ ਲੋਕ ਅਜੇ ਵਿੱਚ ਵਿਚਾਲੇ ਨੇ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਅੱਗੇ ਆਉਣਗੇ ਜਾਂ ਕੈਪਟਨ ਸਾਹਿਬ ਅੱਗੇ ਆਉਣਗੇ, ਉਹ ਵਿੱਚ ਵਿਚਾਲੇ ਨੇ, ਉਹ ਉਹਦੇ ਵਿੱਚ ਕਾਫੀ ਵੱਡੀ ਗਿਣਤੀ ਹੈ ਜਿਹੜੇ ਹਜੇ ਚੁੱਪ ਕਰਕੇ ਬੈਠੇ ਨੇ। ਸੋ ਇਸ ਕਰਕੇ ਜਿਹੜੇ ਉਹ ਲੋਕ ਹਜੇ ਚੁੱਪ ਕੀਤੇ ਹੋਏ ਨੇ ਤਾਂ ਉਹ ਸਰਗਰਮ ਹੋਣਗੇ, ਇੱਕ ਪਾਸੇ ਲੱਗਣਗੇ, ਤਾਂ ਮੈਨੂੰ ਲੱਗਦਾ ਕਿ ਇਹਦੇ ਨਾਲ ਕਾਂਗਰਸ ਦੀ ਮਜ਼ਬੂਤੀ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਪਰ ਜੇਕਰ ਇਹ ਨਹੀਂ ਹੁੰਦਾ, ਜੇਕਰ ਇਹਨੂੰ ਡਿਲੇ ਕੀਤਾ ਜਾਂਦਾ ਹੈ ਤਾਂ ਕੀ ਹੋਏਗਾ, ਤਾਂ ਬਹੁਤ ਸਾਰੇ ਜਿਹੜੇ ਨੇ ਗਰੁੱਪ ਉਹ ਉੱਭਰ ਕੇ ਸਾਹਮਣੇ ਆਉਣਗੇ ਔਰ ਆਪਣੀ ਆਪਣੀ ਡਫਲੀ ਵਜਾਈ ਜਾਏਗੀ, ਕਾਟੋ ਕਲੇਸ਼ ਵਧੇਗਾ ਔਰ ਇਹਦਾ ਨੁਕਸਾਨ 22 ਦੇ ਵਿੱਚ ਜਿਹੜਾ ਹੈਗਾ ਕਾਂਗਰਸ ਨੂੰ ਹੋਣ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹੋ ਸਕਦੀਆਂ ਨੇ। ਸੋ ਇਸ ਕਰਕੇ ਹਾਈ ਕਮਾਂਡ ਦੀ ਇਸ ਵੇਲੇ ਬਹੁਤ ਇੱਕ ਵੱਡੀ ਜ਼ਿੰਮੇਵਾਰੀ ਇਹੀ ਬਣਦੀ ਹੈ ਕਿ ਉਹ ਨਵੇਂ ਲੋਕਾਂ ਨੂੰ ਔਰ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਵਰਗੇ ਲੋਕਾਂ ਨੂੰ, ਇਸ ਕਰਕੇ ਉਹਨਾਂ ਨੂੰ ਮਤਲਬ ਮਜਬੂਰੀ ਵੀ ਹੋ ਸਕਦੀ ਹੈ ਮੈਂ ਇਹ ਕਹਿਣਾ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਛਵੀ ਕੋਈ ਪੰਜਾਬ ਲੈਵਲ ਦੀ ਛਵੀ ਨਹੀਂ ਹੈ, ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ। 22 ਦੇ ਵਿੱਚ 5 ਸਟੇਟਾਂ ਦੇ ਵਿੱਚ ਚੋਣਾਂ ਨੇ, ਉਹਨਾਂ ਨੂੰ ਤੁਸੀਂ 5 ਸਟੇਟਾਂ ਦੇ ਵਿੱਚ ਵਰਤ ਸਕਦੇ ਹੋ, ਉਹਨਾਂ ਨੂੰ ਉੱਥੇ ਲਿਜਾ ਕੇ ਸਟਾਰ ਕੰਪੇਨਰ ਦੇ ਤੌਰ ਤੇ ਵਰਤ ਸਕਦੇ ਹੋ, ਉਹਨਾਂ ਨੂੰ ਸਿੱਖਾਂ ਦਾ ਚਿਹਰੇ ਦੇ ਤੌਰ ਤੇ ਵਰਤ ਸਕਦੇ ਹੋ, ਉਹਨਾਂ ਨੂੰ ਇੱਕ ਨੈਸ਼ਨਲ ਲੀਡਰ ਦੇ ਤੌਰ ਤੇ ਵਰਤ ਸਕਦੇ ਹੋ। ਔਰ ਇਸੇ ਤਰ੍ਹਾਂ 24 ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਤੋਂ ਪੂਰੀ ਤਰ੍ਹਾਂ ਇੱਕ ਵਧੀਆ ਕੰਮ ਲਿਆ ਜਾ ਸਕਦਾ ਹੈ, ਪਰ ਉਹ ਕੰਮ ਤਾਂ ਹੀ ਲਿਆ ਜਾ ਸਕੇਗਾ ਜੇਕਰ ਪੰਜਾਬ ਦੇ ਵਿੱਚ ਉਹਨਾਂ ਨੂੰ ਬਾਗਡੋਰ ਸੰਭਾਲੀ ਜਾਏਗੀ ਔਰ ਜੇਕਰ ਉਹ ਆਪਣੀ ਜੋ ਉਹਨਾਂ ਦੇ ਵਿੱਚ ਕਪੈਸਿਟੀ ਹੈ, ਜੋ ਉਹਨਾਂ ਦੇ ਵਿੱਚ ਯੋਗਤਾ ਹੈ, ਉਸ ਯੋਗਤਾ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਂਦੇ ਹੋਏ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹੋਏ ਪੰਜਾਬ ਦੀ ਕਾਂਗਰਸ ਦੇ ਵਿੱਚ ਜਾਨ ਫੂਕਣਗੇ ਔਰ ਪੰਜਾਬ ਦੀ ਕਾਂਗਰਸ ਨੂੰ ਅੱਗੇ ਲੈ ਕੇ ਜਾਣਗੇ, ਫਿਰ ਤਾਂ ਇਹ ਹੋ ਸਕਦਾ ਹੈ। ਪਰ ਜੇਕਰ ਇਹਦੇ ਵਿੱਚ ਹਾਈ ਕਮਾਂਡ ਨੇ ਕਿਤੇ ਨਾ ਕਿਤੇ ਢਿੱਲ ਵਰਤੀ, ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਹੈਗਾ ਦੂਰੀ ਰਾਜਨੀਤੀ ਵਰਤਣ ਦੀ ਕੋਸ਼ਿਸ਼ ਕੀਤੀ, ਤਾਂ ਲਾਜ਼ਮੀ ਤੌਰ ਤੇ ਇਹਦਾ ਨੁਕਸਾਨ ਕਾਂਗਰਸ ਨੂੰ ਔਰ ਪੰਜਾਬ ਦੇ ਵਿੱਚ ਨਹੀਂ ਹੋਏਗਾ ਇਕੱਲਾ, ਇਹਦੇ ਨਾਲ 5 ਸਟੇਟਾਂ ਦੇ ਵਿੱਚ ਵੀ ਨੁਕਸਾਨ ਵੱਡਾ ਹੋ ਸਕਦਾ ਹੈ ਔਰ ਇਸੇ ਤਰ੍ਹਾਂ 24 ਦੇ ਵਿੱਚ ਵੀ ਜਿਹੜਾ ਹੈਗਾ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ। ਸੋ ਉਸ ਨੁਕਸਾਨ ਤੋਂ ਬਚਣ ਦੇ ਲਈ ਇੱਕੋ ਇੱਕ ਤਰੀਕਾ ਹੈ ਕਿ ਨਵਜੋਤ ਸਿੰਘ ਸਿੱਧੂ ਵਰਗੇ ਨਿਡਰ ਔਰ ਸਿਆਣੇ ਲੀਡਰ ਜਿਹੜੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਪੰਜਾਬ ਦੀ ਪੂਰੀ ਸੌਂਪੀ ਜਾਏ ਔਰ ਉਹਨਾਂ ਦੇ ਉੱਤੇ ਭਰੋਸਾ ਕੀਤਾ ਜਾਏ। ਨਵਜੋਤ ਸਿੰਘ ਸਿੱਧੂ ਨੂੰ ਸਾਰੇ ਪਾਸੇ ਵਰਤਿਆ ਜਾ ਸਕਦਾ, 50 ਸੀਟਾਂ 'ਚ ਵਰਤਿਆ ਜਾ ਸਕਦਾ, ਸਿੱਖ ਚਿਹਰੇ ਦੇ ਤੌਰ ਤੇ ਵੀ ਹਾਈ ਕਮਾਂਡ ਵਰਤ ਸਕਦੀ ਹੈ, 2024 ਦੇ ਲਈ ਵੀ ਵਰਤ ਸਕਦੀ ਹੈ, ਤਾਂ ਉਵੇਂ ਨਵਜੋਤ ਸਿੰਘ ਸਿੱਧੂ ਨੇ ਵੀ ਹਾਈ ਕਮਾਂਡ ਨੂੰ ਸਿੱਧੇ ਤੌਰ ਤੇ ਇਸ਼ਾਰਾ ਕੀਤਾ ਸੀ ਕਿ ਜੇਕਰ ਭਰੀ ਮੈਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦਾ ਮੌਕਾ ਨਾ ਦਿੱਤਾ, ਜੇਕਰ ਪੰਜਾਬ ਦੇ ਲੋਕਾਂ ਦੇ ਮੁੱਦੇ ਹੱਲ ਕਰਨ ਦੀ ਖੁੱਲ ਨਾ ਦਿੱਤੀ ਤਾਂ ਮੈਂ ਦਰਸ਼ਨੀ ਘੋੜਾ ਨਹੀਂ ਬਣਨਾ। ਦਰਸ਼ਨੀ ਘੋੜੇ ਦਾ ਮਤਲਬ ਕਿ ਮੈਂ ਸਿਰਫ ਪ੍ਰਚਾਰਕ ਦੇ ਤੌਰ ਤੇ ਨਹੀਂ ਵਿਚਰਨਾ, ਮੈਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਨੇ। ਜੇ ਇਸ ਤਰੀਕੇ ਦੀ ਖੁੱਲ ਨਾ ਦਿੱਤੀ ਤਾਂ ਫਿਰ ਇਟਰਾਂ ਇੱਟ ਖੜਕਾਉਣ ਵਾਲਾ ਬਿਆਨ ਉਦੋਂ ਤਾਂ ਹੀ ਆਇਆ ਸੀ, ਯਾਨੀ ਕਿ ਸਿੱਧੇ ਤੌਰ ਤੇ ਉਹਨਾਂ ਨੇ ਹਾਈਕਮਾਂਡ ਨੂੰ ਇਸ਼ਾਰਾ ਕਰਤਾ ਸੀ ਕਿ ਮੈਂ ਦਰਸ਼ਨੀ ਘੋੜਾ ਨਹੀਂ ਤੇ ਮੈਂ ਸਿਰਫ ਪ੍ਰਚਾਰਕ ਨਹੀਂ ਬਣਨਾ, ਮੈਂ ਪੰਜਾਬ ਦੇ ਲੋਕਾਂ ਦੇ ਮੁੱਦੇ ਵੀ ਹੱਲ ਕਰਨੇ ਆ। ਤੇ ਜੇ ਮੁੱਦੇ ਹੱਲ ਕਰਨ ਦੀ ਨਵਜੋਤ ਸਿੰਘ ਸਿੱਧੂ ਗੱਲ ਕਰ ਰਹੇ ਨੇ ਤਾਂ ਮੁੱਦੇ ਦਾ ਹੱਲ ਫਿਰ ਬਿਨਾਂ ਤਾਕਤ ਤੋਂ ਹੋ ਨਹੀਂ ਸਕਦਾ। ਬਿਲਕੁਲ ਬਿਲਕੁਲ, ਦੇਖੋ ਇਹੀ ਗੱਲ ਜਿਵੇਂ ਉਹ ਕਹਿ ਰਹੇ ਨੇ ਕਿ ਪਹਿਲਾਂ ਤਾਂ ਉਹਨਾਂ ਨੂੰ ਬੀਜੇਪੀ ਵਾਲਿਆਂ ਨੇ ਇੱਦਾਂ ਹੀ ਵਰਤਿਆ, ਤੁਸੀਂ ਦੇਖਿਆ ਹੋਏਗਾ ਕਿ ਜਦੋਂ ਤੋਂ ਲੈ ਕੇ ਉਹਨਾਂ ਨੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਸੀਗੇ ਉਹਨਾਂ ਨੇ ਵੀ ਉਹਨਾਂ ਨੂੰ ਇੱਕ ਦਰਸ਼ਨੀ ਘੋੜੇ ਦੇ ਵਾਂਗ ਹੀ ਵਰਤਿਆ ਕਿ ਸਾਡੇ ਕੋਲੇ ਨਵਜੋਤ ਸਿੰਘ ਸਿੱਧੂ ਹੈ, ਪਰ ਉਹਨਾਂ ਦੀ ਜਿਹੜੀ ਯੋਗਤਾ ਸੀਗੀ, ਉਹਨਾਂ ਦੀ ਕੈਪੇਬਿਲਿਟੀ ਸੀਗੀ, ਉਹਦੇ ਤੋਂ ਉਹਨਾਂ ਨੇ ਕੰਮ ਨਹੀਂ ਲਿਆ, ਬੀਜੇਪੀ ਵਾਲਿਆਂ ਨੇ ਨਹੀਂ ਲਿਆ। ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਜਿਹੜੀ ਕਾਂਗਰਸ ਹੈ ਉਹ ਮੇਰੀ ਯੋਗਤਾ ਦਾ ਪੂਰਾ ਲਾਭ ਉਠਾਏਗੀ, ਔਰ ਇਹ ਵੀ ਆਪਾਂ ਨੇ ਦੇਖ ਲਿਆ ਕਿ 4.5 ਸਾਲ ਤੋਂ ਜਦੋਂ ਤੋਂ ਕੈਪਟਨ ਸਾਹਿਬ ਨੇ ਕਮਾਂਡ ਸੰਭਾਲੀ ਹੈ ਪੰਜਾਬ ਦੀ ਕਾਂਗਰਸ ਦੀ, ਤਾਂ ਉਹ ਵੀ ਉਹਨਾਂ ਨੂੰ ਖੁੱਡੇ ਲੈਣ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਅੱਕ ਕੇ ਉਹਨਾਂ ਨੇ ਇਹੀ ਬਿਆਨ ਦਿੱਤਾ ਸੀਗਾ ਕਿ ਮੈਨੂੰ ਇੰਨੇ ਸਾਲ ਹੋ ਗਏ ਸਿਆਸਤ ਦੇ ਵਿੱਚ ਆਇਆਂ ਨੂੰ, ਪਰ ਮੇਰੀ ਜਿਹੜੀ ਯੋਗਤਾ ਦਾ ਮੁੱਲ ਹੀ ਨਹੀਂ ਪਾਇਆ ਜਾ ਰਿਹਾ, ਮੈਨੂੰ ਇੱਕ ਦਰਸ਼ਨੀ ਘੋੜੇ ਦੇ ਵਾਂਗ ਹੀ ਵਰਤਿਆ ਜਾ ਰਿਹਾ, ਇੱਕ ਮਤਲਬ ਜਿਹੜਾ ਹੈਗਾ ਜਿਵੇਂ ਹੁਣ ਆਪਾਂ ਸਜਾਉਣ ਵਾਲੀ ਜਿਹੜੀ ਕੋਈ ਪੀਸ ਹੁੰਦਾ ਉਹਦੇ ਦੇ ਤੌਰ ਤੇ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇੱਥੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਮੈਨੂੰ ਜਾਂ ਤਾਂ ਪੰਜਾਬ ਦੀ ਜ਼ਿੰਮੇਵਾਰੀ ਦਿਓ ਔਰ ਮੈਂ ਕੁਛ ਆਪਣੀ ਜੋ ਕਰਕੇ ਦਿਖਾਉਣਾ, ਜੋ ਮੇਰੇ 'ਚ ਕੈਪੇਬਿਲਿਟੀ ਹੈ ਮੈਂ ਉਹ ਕਰਕੇ ਦਿਖਾਉਣਾ ਚਾਹੁੰਦਾ। ਸੋ ਇਸ ਕਰਕੇ ਜੇਕਰ ਹੁਣ ਹਾਈਕਮਾਂਡ ਸਿਆਣੀ ਹੋਏਗੀ ਉਹ ਉਹਨਾਂ ਦੀ ਇਸ ਭਾਵਨਾ ਨੂੰ ਸਮਝੇਗੀ ਔਰ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਏਗੀ ਔਰ 22 ਦੇ ਵਿੱਚ ਜੇਕਰ ਚਿਹਰਾ ਬਣਾਇਆ ਜਾਂਦਾ ਉਹਨਾਂ ਨੂੰ ਲਾਜ਼ਮੀ ਤੌਰ ਤੇ ਮੁੱਖ ਮੰਤਰੀ ਦਾ, ਤਾਂ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਇੱਛਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਸਕਦੀਆਂ ਨੇ ਔਰ ਇਕੱਲੀਆਂ ਇੱਛਾਵਾਂ ਪੂਰੀਆਂ ਨਹੀਂ ਹੋਣਗੀਆਂ, ਪੰਜਾਬ ਦੇ ਲੋਕਾਂ ਦੇ ਬਾਰੇ
जो उन्होंने ब्लू प्रिंट तैयार किया है कि पंजाब दे आ संकट है इदां दे विचों इदां निकल सकता है तो ओनू लागू करन दा भी जिहड़ा हैगा समा उन्हां कोले आ सकता है। सो इस करके हाई कमांड नूं इस वेले बुनियादी लोड़ इही है कि नवजोत सिंह सिद्धू दे उत्ते जिहड़ा हैगा उन्हां नूं भरोसा जताउण और 22 दीआं वख-वख स्टेटां दे विच चोणां दे लई भी उन्हां नूं अगे लैके आउण और 24 दे विच जिहड़ी वड्डी जंग होणी है बीजेपी दे नाल उहदे लई भी उन्हां नूं तैयार किया जा सकता है। सो हुण वेला है एक बहुत सुनहरी मौका हाई कमांड दे लई है ते उन्हां नूं इह कम जिहड़ा हैगा कर लेना चाहिए जल्दी तो जल्दी। सुखिंदर जी बहुत बहुत शुक्रिया मेहरबानी धन्यवाद। राय सन डॉक्टर भीमेंद्र सिंह जी जिन्हां दे वल्लों इन्हां अहम मसलों के उपर साडे नाल गलबात की गई है। उम्मीद करते हैं कि प्रोफेसर साहब उन्होंने की गलबात तुहानूं जरूर पसंद आई होगी। दोबारा फिर मिलेंगे इस प्रोग्राम के विच, तद तक दिओ इजाजत, धन्यवाद।